ਸੱਦਰ ਰੈਲਸਿੰਗ ਨੇ ਇਹ ਅਨਾਉਂਸ ਕਰਤਾ ਸੀਗਾ 3 ਤਰੀਕ ਨੂੰ ਕਿ ਜਿਹਨੇ ਪਾਈ ਛੱਡ ਕੇ ਜਾਣਾ ਚਲੇ ਜਾ। ਬਬਰ ਖਾਲਸਾ ਵਾਲੇ ਨਾਨਕਰਵਾਸ ਵਾਲੇ ਪਾਸੇ ਥੇ ਛੱਡ ਕੇ ਚਲੇ ਗਏ ਸੀ। ਸਭ ਬਹੁਤ ਬੰਦੇ ਚਲੇ ਗਏ ਸੀਗੇ। ਰਸਤੇ ਦੇ ਵਿੱਚ ਮੈਨੂੰ ਕਰਵਾਏ ਬਿਲੀ ਆਰਮੀ ਦੀ। ਮੈਨੂੰ ਨਹੀਂ ਸੀ ਪਤਾ ਉਸ ਵੇਲੇ ਬਿ ਆਰਮੀ ਐਕਸ਼ਨ ਹੋ ਰਿਹਾ ਕੁਝ ਵੀ ਹੈ। ਸੰਤ ਜਰਨਲਸਿੰਗ ਤਿਆਰੀ ਕਰਦੇ ਸੀ ਉਸ ਵੇਲੇ ਕਿ ਮੈਂ ਮਿਲ ਕੇ ਆਇਆ ਸੀ 25 ਨੂੰ ਅਨਾਉਂਸ। ਸੰਤ ਜਰਨਲਸਿੰਗ ਪਿੰਡਰਾਵਾਲੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪਦੈਸ਼ ਸੀ। ਇੰਦਰਾ ਗਾਂਧੀ ਉਹਨਾਂ ਨੂੰ ਖਤਮ ਕਰਨ ਵਾਸਤੇ ਇੱਕ ਜਰਨਲ ਬਰਾਡ ਹੁਣਾਂ ਦੀ ਅਚਾਨਕ ਇੰਟਰਵਿਊ ਆਉਣੀ ਤਾਂ ਜਰਨਲ ਸਿੰਘ ਮੈਸੇਜ ਗਾਂਧੀ ਦੀ ਕ੍ਰੀਏਸ਼ਨ ਨਹੀਂ ਸੀ ਬਿਲਕੁਲ ਝੂਠ ਤੇ ਨਰਾਤਾਰ ਇੱਕ ਵਰਤੋਂ ਗੱਲ ਕੀਤੀ ਜਾ ਰਹੀ ਹੈ 25 ਅਗਸਤ 77 ਉਸ ਵੇਲੇ ਮੈਸੇਜ ਗਾਂਧੀ ਪਾਵਰ ਚ ਨਹੀਂ ਗਏ ਟਾਈਮਿੰਗ ਨਹੀਂ ਸਮਝ ਆ ਰਹੀ ਵੀ ਇਸ ਵੇਲੇ ਮੌਕਾ ਕੋਈ ਨਹੀਂ ਸੀ ਕਿ ਇਹ ਗੱਲਾਂ ਕਰਨ ਦਾ ਕੋਸਾ ਏਜੰਸੀ ਨੂੰ ਇੰਟਰਵਿਊ ਦਿੱਤੀ ਗਈ ਹੈ ਜਿਹੜੀ ਸਰਕਾਰੀ ਮੰਨੀ ਜਾਂਦੀ ਹੈ ਜੇ ਇਹ ਇੰਨੀ ਗੱਲ ਕਹਿ ਰਹੇ ਹੈ ਕਿ ਸੰਤ ਨੈਤਿ ਭੰਡਾ ਵਾਲੇ ਅਸੀਂ ਗਾਂਧੀ ਦੀ ਕ੍ਰੀਏਸ਼ਨ ਸੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਗਿਆਨੀ ਜੈਲ ਸਿੰਘ ਦਰਬਾਰਾ ਸਿੰਘ ਕਿਤੇ ਨਾ ਕਿਤੇ ਇਹ ਵੀ ਸੰਤਾਂ ਨੂੰ ਸਪੋਰਟ ਕਰਦੇ ਰਹੇ ਨੇ ਕੀ ਮੈਸੇਜ ਗਾਂਧੀ ਨੇ ਅੱਖਾਂ ਬੰਦ ਕੀਤੀ ਸੀ ਇੰਡੀਅਨ ਸਟੇਟ ਨੂੰ ਪਤਾ ਨਹੀਂ ਸੀ ਪੰਜਾਬ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਹੈ ਇੱਕ ਉਹਨਾਂ ਨੇ ਗੱਲ ਹੋਰ ਕੀਤੀ ਪੰਜਾਬ ਪੁਲਿਸ ਨਾਲ ਮਿਲੀ ਹੋਈ ਸੀ ਸੰਜੇ ਨਾਇਰ ਸਿੰਘ ਡੀਆਜੀ ਔਟਵਾਲ ਦਾ ਬਰਦਰ ਹੋਇਆ ਕਹਿੰਦਾ ਵੀ ਅੰਦਰ ਮਾਰ ਕੇ ਲਾਸ਼ ਬਾਹਰ ਛੱਡਤੀ ਅੰਦਰ ਨਹੀਂ ਕੀ ਮਾਰਿਆ ਬਾਹਰ ਆ ਰਹੇ ਸੀਗੇ ਪਿੱਛੋਂ ਗੋਲੀ ਮਾਰੀ ਸੀ ਤੁਸੀਂ ਕਿ ਮਹਿਸੂਸ ਕਰਦੇ ਹੋਗੇ ਜਨਰਲ ਬਰਾੜ ਬਾਰੇ ਹੈਗੇ ਕਿ ਬੰਦਾ ਮੈਮਰੀ ਉਸਨੂੰ ਲੂਜ਼ ਹੋ ਗਈ ਹੈ ਕਿ ਜਾਂ ਜਾਣ ਬੁੱਝ ਕੇ ਸਾਜ਼ਿਸ਼ ਕਰ ਰਿਹਾ ਹੈ ਡਾਇਰੈਕਟਰ ਵਿੱਚ ਕਿਹਾ ਵੀ 300 ਤੋਂ 400 ਫੌਜੀ ਬੰਦੇ ਮਰੇ ਫੌਜ ਦੀ ਕੈਜ਼ੁਐਲਟੀ 300 ਔਰ 400 ਬਹੁਤ ਵੱਡਾ ਫਰਕ ਹੁੰਦਾ ਹੈ ਜਨਰਲ ਸਾਹਿਬ ਨੂੰ ਪਤਾ ਨਹੀਂ ਕਿ 300 ਤੋਂ 400 ਦਾ ਫਰਕ ਕੀ ਹੈ ਫੌਜੀ ਮਰਨ ਦਾ ਇਹ ਟੋਟਲ ਗਿਣਤੀ ਹੈ ਫੌਜੀ ਮਰਨ ਦੀ ਉਹ 92 ਹੈ ਜਿਹੜੀ ਪੈਨਸ਼ਨ ਬ੍ਰਾਂਚ ਹੈ ਉਹਨਾਂ ਕੋਲ ਰਿਕਾਰਡ ਸਾਰਾ ਪਿਆ ਹੋਵੇਗਾ ਕਿੰਨੇ ਬੰਦੇ ਮਰੇ ਜਿਸ ਫੌਜੀ ਅਫਸਰ ਨੇ ਆਪਰੇਸ਼ਨ ਬਲੂ ਸਟਾਰ ਦੀ ਗਵਾਹੀ ਕੀਤੀ ਉਹਨਾਂ ਨੇ ਖਲਾਸਾ ਕਰ ਦਿੱਤਾਗਾ ਕਿ ਸнт ਜਰਨੈਲ ਸਿੰਘ ਭਿੰਡਰਾਵਾਲੇ ਉਸ ਸਮੇਂ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਦੀ ਪਦੈਸ਼ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੰਨੇ ਸ਼ਕਤੀਸ਼ਾਲੀ ਹੋ ਜਾਂਦੇ ਨੇ ਤੇ ਫਿਰ ਇੰਦਰਾ ਗਾਂਧੀ ਉਹਨਾਂ ਨੂੰ ਖਤਮ ਕਰਨ ਵਾਸਤੇ ਇੱਕ ਜਾਲ ਬੁੰਦੀ ਆ ਤੇ ਉਸ ਜਾਲ ਦੇ ਵਿੱਚ ਫਸ ਜਾਂਦੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਸ ਹਕੀਕਤ ਨੂੰ ਅਸੀਂ ਸਮਝਣ ਦਾ ਯਤਨ ਕਰਾਂਗੇ ਕਿ ਆਖਰ ਜਰਨਲ ਬਰਾੜ ਹੋਣਾਂ ਦੀ ਅਚਾਨਕ ਇੰਟਰਵਿਊ ਆਣੀ ਸਮੇਂ ਤੋਂ ਪਹਿਲਾਂ ਜੇ ਕੀ ਇਦਾਂ ਦਾ ਸਮਾਂ ਅਨੁਕੂਲ ਸੀ ਜਾਂ ਇਹਦੇ ਪਿੱਛੇ ਕੀ ਡਿਜ਼ਾਈਨ ਕੀਤਾ ਜਾ ਰਿਹਾ ਕਿ ਆਖਰ ਕੀ ਪੰਜਾਬ ਦੇ ਵਿੱਚ ਇੱਕ ਪਾਸੇ ਕੌਮੀ ਇਨਸਾਫ ਮਾਰਚ ਚੱਲ ਰਿਹਾ ਤੇ ਦੂਜੇ ਪਾਸੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਬੇਦਬੀ ਕੀਤੀ ਆ ਉਹ ਕਥਿਤ ਦੋਸ਼ੀ ਤੇ ਜਿਹੜੇ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਹੈਗੇ ਨੇ ਬਲਾਤਕਾਰ ਔਰ ਕਤਲ ਦੀ ਗੁਰਮੀਤ RAMBIR SINGH ਉਹਨਾਂ ਨੂੰ 14 ਮਹੀਨਿਆਂ ਦੇ ਵਿੱਚ ਚਾਰ ਵਾਰ ਜ਼ਮਾਨਤ ਮਿਲ ਗਈ ਆ ਬਾਹਰ ਆ ਕੇ ਉਹ ਕੇਕ ਵੀ ਕੱਟਦੇ ਨੇ ਕਿਰਪਾਨ ਦੇ ਨਾਲ ਤਸਲਾਬਦਪੁਰੇ ਇੱਕ ਵੱਡਾ ਆਨਲਾਈਨ ਸਮਾਗਮ ਹੁੰਦਾ ਕਿ ਉਹ ਲਿੰਕ ਜੋੜਿਆ ਵਿਖਿਆ ਜਾ ਰਿਹਾ ਜਾਂ ਫਿਰ ਭਾਰਤ ਜੋੜੋ ਯਾਤਰਾ ਤੋਂ ਬਾਅਦ ਜਿਹੜੀ ਇਹ ਵਾਲੀ ਜਰਨਲ ਬਰਾਡ ਦਾ ਇੰਟਰਵਿਊ ਹੋਣੀ ਉਹਨੂੰ ਤਾਰੋ ਪੀੜ ਕਰਨ ਦੀ ਕੋਸ਼ਿਸ਼ ਆ ਇਸ ਵਾਰਤਲਾਪ ਲਈ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਲੇਖਕ ਔਰ ਉਹਨਾਂ ਨੇ ਖੁਦ ਵੀ ਕਿਤਾਬ ਜਿਹੜੀ ਖਾਲਸਾ ਨੇ ਇੱਕ ਸੰਘਰਸ਼ ਕਹਾਣੀ ਬਲਦੇ ਦਰਿਆਵਾਂ ਦੀ ਉਹਦੇ ਵਿੱਚ ਜਰਨਲ ਬਰਾਡ ਹੋਣਾ ਦਾ ਵੀ ਜ਼ਿਕਰ ਕੀਤਾ ਹੈ ਭਾਈ ਬਾਬਾ ਸਵਾਗਤ ਹੈ ਥੈਂਕ ਯੂ ਜੀ ਕਿਵੇਂ ਦੇ ਦੇ ਜੀ ਜਰਨਲ ਬਰਾਡ ਦੀ ਬੁਲਬਲ ਬਰਾਡ ਦੀ ਇੱਕ ਨਵੀਂ ਕਹਾਣੀ ਨੂੰ ਜੀ ਮੈਂ ਪਹਿਲੀ ਗੱਲ ਤਾਂ ਮੈਨੂੰ ਟਾਈਮਿੰਗ ਨਹੀਂ ਸਮਝ ਆ ਰਹੀ ਵੀ ਇਸ ਵੇਲੇ ਮੌਕਾ ਕੋਈ ਨਹੀਂ ਸੀ ਜੀ ਕਿ ਇਹ ਗੱਲਾਂ ਕਰਨ ਦਾ ਜੀ ਅ ਜ਼ਰੂਰੀ ਨਹੀਂ ਕਿ ਟਾਈਮ ਕੋਈ ਹੋਵੇ ਤਾਂ ਹੀ ਕਰੀਏ ਵੈਸੇ ਵੀ ਹੁੰਦਾ ਹੁਣ ਅਸੀਂ ਕੰਮ ਕਰਦੇ ਆਂ ਮੈਂ ਖੁਦ ਲਗਾਤਾਰ ਕੰਮ ਕਰ ਰਿਹਾ ਬਲੂ ਸਟਾਰ ਤੇ ਮੈਂ ਅੱਜ ਵੀ ਕੰਮ ਕਰ ਰਿਹਾ ਦੋ ਕਿਤਾਬਾਂ ਮੇਲੇ ਚੁੱਕੇ ਆਂ ਹੋਰ ਵੀ ਕਰ ਰਿਹਾ ਲੈਕਿਨ ਫਿਰ ਵੀ ਉਸਮਾਰਕ ਹੁੰਦਾ ਕਿ ਉਸ ਏਜੰਸੀ ਨੂੰ ਇੰਟਰਵਿਊ ਦਿੱਤੀ ਗਈ ਹੈ ਜਿਹੜੀ ਸਰਕਾਰੀ ਮੰਨੀ ਜਾਂਦੀ ਹੈ ਇਹ ਅਲਾਇ ਨੂੰ ਇੰਟਰਵਿਊ ਦਿੱਤੀ ਗਈ ਹੈ ਜੀ ਤੇ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਕੀਤੀ ਜਦੋਂ ਆਪਣੇ ਬਰਾਡ ਵੱਲੋਂ ਨੇ ਕਿਹਾ ਕਿ ਸਾਹ ਜਰਨਲਿਸਟ ਭੇਡਾ ਆਲੇ ਹਨ ਜੀ ਕਿ ਕਾਂਗਰਸ ਦੀ ਪਦਾਇਸੀ ਮਿਸਰੀ ਗਾਂਧੀ ਦੀ ਕਾਂਗਰਸ ਦੀ ਨਹੀਂ ਮਿਸਰੀ ਇਦਰਾ ਗਾਂਧੀ ਦੇ ਪਦਾਇਸੀ ਤੇ ਉਹਨੂੰ ਅਲਾਉ ਕੀਤਾ ਬਿਲਡ ਅਪ ਕੀਤਾ ਉਹਨੂੰ ਲਫਜ਼ ਵਰਤਿਆ ਉਹਨਾਂ ਨੇ ਫ੍ਰੈਂਕਸਟੇਨ ਜੀ ਪੇ ਉਹ ਫ੍ਰੈਂਕਸਟੇਨ ਕ੍ਰੀਏਸ਼ਨ ਬਣ ਗਿਆ ਤੇ ਉਸ ਤੋਂ ਬਾਅਦ ਉਹਨੂੰ ਖਤਮ ਕੀਤਾ ਇਹ ਨੈਰੇਟਿਵ ਕੋਈ ਨਵਾਂ ਨਹੀਂ ਹੈ ਜੀ ਮੈਂ ਪਹਿਲੀ ਇਹ ਗੱਲ ਕਰੂੰਗਾ ਕਿਉਂਕਿ ਜਨਰਲ ਬਰਾੜ ਉਹ ਇਨਸਾਨ ਹੈ ਜਿਨੇ ਇਹ ਆਪਰੇਸ਼ਨ ਕੈਰੀ ਕੀਤਾ ਜਿਹੜਾ ਸਪੌਟ ਤੇ ਜਨਰਲ ਸੀ ਕਮਾਂਡਰ ਉਹ ਮੇਰੇ ਜਨਰਲ ਬਰਾੜ ਕੁਲਦੀਪ ਸਿੰਘ ਬਰਾੜ ਜਿਨ੍ਹਾਂ ਦੇ ਇੰਟਰਵਿਊ ਹੈ ਜੇ ਇਹ ਇਹ ਨਹੀਂ ਗੱਲ ਕਹਿ ਰਹੇ ਹੈ ਕਿ ਸੰਦਰ ਨੈਸੀ ਪਿੰਡਾ ਵਾਲੇ ਕਾਗਰਸ ਦੀ ਮੈਸਜ ਗਾਂਧੀ ਦੀ ਕ੍ਰिएशन ਸੀ ਤੇ ਇਹ ਜ਼ਰੂਰੀ ਹੈ ਕਿ ਗਵਰਨਮੈਂਟ ਆਫ ਇੰਡੀਆ ਇਹੀ ਸਟੇਟਮੈਂਟ ਲੈ ਕੇ ਇਹਦੀ ਉਹ ਸਾਰੇ ਵਰਤਾਰੇ ਦੀ ਹਾਈ ਲੈਵਲ ਜੁਡੀਸ਼ੀਅਲ ਪ੍ਰੂਫ ਸੁਪਰੀਮ ਕੋਰਟ ਦੇ ਜੱਜ ਹੇਠ ਕਰਾਵੇ ਜੀ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਤੇ ਇਹ ਜਿਹੜਾ ਲਗਾਤਾਰ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਪਿਛਲੇ ਵੀ 25 ਸਾਲ ਤੋਂ 30 ਸਾਲ ਤੋਂ ਅਕਾਲੀਆਂ ਦਾ ਇੱਕ ਸੈਕਸ਼ਨ ਵੀ ਬਲੂ ਸਟਾਰ ਤੋਂ ਪਹਿਲਾਂ ਕਹਿੰਦਾ ਸੀ ਸਾ ਜਨਰਲ ਸਟੀ ਕਾਂਗਰਸ ਦੀ ਕ੍ਰੀਏਸ਼ਨ ਜੀ ਕੋ ਨਵੀਂ ਗੱਲ ਹੈ ਇਹ ਇਹਦਾ ਨਿਤਾਰਾ ਹੋਵੇ ਇਹਦੇ ਨਾਲ ਜਿੰਨੇ ਰਿਕਾਰਡ ਬਲੂ ਸਟਾਰ ਤੇ ਉਸ ਤੋਂ ਬਾਅਦ ਉਹ ਡੀਕਲਾਸੀਫਾਈ ਕੀਤਾ ਜਾਵੇ ਲੋਕਾਂ ਦੇ ਕੋਲੇ ਉਹ ਰਿਕਾਰਡ ਪਹੁੰਚੇ ਤੋ ਇਹ ਦੋਵੇਂ ਕੰਮ ਕਰਨ ਜੇ ਮਿਸ ਜਾਂਦੀ ਦਾ ਕੋਈ ਹੋਰ ਚ ਰੋਲ ਸੀ ਤੇ ਇਸ ਤੋਂ ਜ਼ਿਆਦਾ ਕੋਈ ਗੱਲ ਸੂਟ ਕਰਦੇ ਹੀ ਨਹੀਂ ਭਾਜੀਪੀ ਨੂੰ ਕਿ ਮਿਸ ਜਾਂਦੀ ਐਕਸਪੋਜ਼ ਹੋਵੇ ਇਸ ਮਾਮਲੇ ਦੇ ਵਿੱਚ ਇਹ ਦਾ ਇੱਕ ਐਸਪੈਕਟ ਹੈ ਦਾ ਦੂਸਰਾ ਮੈਂ ਆਪਣੀ ਕਿਤਾਬ ਦੇ ਵਿੱਚ ਇਸ ਇਸ਼ੂ ਨੂੰ ਲੌਜੀਕਲੀ ਡਿਟੇਲ ਨਾਲ ਡੀਲ ਕੀਤਾ ਤੇ ਮੈਂ ਕਈ ਵਾਰੀ ਗਲਤ ਕਰ ਵੀ ਚੁੱਕਿਆ ਹਾਂ ਜੀ ਨੰਬਰ 1 ਸਤ ਜਰਨੈਲ ਸਿੰਘ ਮਿਸ ਜਾਂਦੀ ਦੀ ਕ੍ਰੀਏਸ਼ਨ ਨਹੀਂ ਸੀ ਜੀ ਤੇ ਬਿਲਕੁਲ ਝੂਠ ਤੇ ਨਰਾਧਾਰ ਇੱਕ ਵਰਤ ਉਹ ਗੱਲ ਕੀਤੀ ਜਾ ਰਹੀ ਹੈ ਜੀ ਲਾਜਿਕ ਬੜਾ ਸਿੰਪਲ ਜ ਹੈ ਫਰ ਆਪਣੇ ਜਨਵਰੀ ਨਾ ਜੁਲਾਈ 77 ਹ 24 ਮਾਰਚ 77 ਪ੍ਰਾਈਮ ਮਿਨਿਸਟਰ ਬਣ ਜਾਂਦੇ ਆ ਮੁਰਾਰਜੀ ਦਸਾਈ ਜੀ ਇੰਦਰਾ ਗਾਂਧੀ ਪਾਵਰ ਚੋਂ ਬਾਹਰ ਉਸ ਤੋਂ ਬਾਅਦ ਉਹਦੇ ਖਿਲਾਫ ਜਨਤਾ ਸਰਕਾਰ ਨੇ ਸ਼ੁਰੂ ਘਰਤੀਆਂ ਇਨਕੁਆਰੀਆਂ ਤਾਂ ਉਸ ਵੇਲੇ ਉਹ ਆਪਣੀ ਹੋਣ ਦੀ ਲੜਾਈ ਉਹਨੇ ਲੜਨੀ ਸ਼ੁਰੂ ਕਰ ਦਿੱਤੀ ਸੱਜ ਜਰਨੈਲ ਸਿੰਘ ਟੇਕਆਊਟ ਕਰਦੇ ਆ ਦੰਦਮੁਟਕਸਾਲ ਦੇ ਪਰਦਾ ਆਪਣੇ ਚੀਫ ਅ ਤਕੀਗਸ 77 ਜੀ ਉਸ ਵੇਲੇ ਮਿਸਰੀ ਗਾਂਧੀ ਪਾਵਰ ਚ ਨਹੀਂ ਹੈ ਜੀ ਕਿ ਸਤਾ ਚੋਂ ਬਾਹਰ ਆਉਣ ਤੋਂ ਬਾਅਦ ਉਹਦੀ ਪਹਿਲੀ ਪ੍ਰਾਇੋਰਟੀ ਇਹ ਸੀ ਕਿ ਪੰਜਾਬ ਦੇ ਵਿੱਚ ਅਕਾਲੀਆਂ ਦੇ ਖਿਲਾਫ ਕਿਸੇ ਸੰਤ ਨੂੰ ਖੜੇ ਕਰਨਾ ਹੈ ਜੀ ਪੰਜਾਬ ਵਿੱਚ ਅਕਾਲੀ ਸਰਕਾਰ ਬਣ ਕੇ ਸੀਗੀ ਉਹ ਇਹ ਦੁਗਲ ਮੇੜੀ ਨਹੀਂ ਖਾਂਦੀਆਂ ਜੀ ਬੜੀ ਕੀ ਵੀ ਚਰਚਾ ਗਈ ਹੈ ਨਾ ਕਿ ਇੰਦਰਾ ਗਾਂਧੀ ਹੋ ਗਈ ਜਾਂ ਗਿਆਨੀ ਜੈਲ ਸਿੰਘ ਹੋ ਗਿਆ ਜਾਂ ਦਰਬਾਰਤ ਸਿੰਘ ਹੋ ਗਿਆ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਗਿਆਨੀ ਜੈਲ ਸਿੰਘ ਦਰਬਾਰਤ ਸਿੰਘ ਕਿਤੇ ਨਾ ਕਿਤੇ ਇਹ ਵੀ ਸੰਤਾਂ ਨੂੰ ਸਪੋਰਟ ਕਰਦੇ ਰਹੇ ਨੇ ਗੱਲ ਇਹ ਨਹੀਂ ਮਿਸ ਇਹ ਗੱਲ ਉਦੋਂ ਵੀ ਉੱઠી ਸੀਗੀ ਬਈ ਜਿਹੜੀ ਦਰਬਾਰਾ ਸਿੰਘ ਤੇ ਗੈਨੀ ਜੈਲ ਸਿੰਘ ਦੀ ਆਪਸੀ ਟੈਂਸ਼ਨ ਹੈ ਉਹਦੇ ਵਿੱਚ ਉਹ ਇਹ ਸਾਰੀ ਗੱਲ ਹੋ ਰਹੀ ਹੈ ਕੀ ਮੈਸੇਜ ਕਾਂਦੀ ਰੱਖਾ ਬੰਦ ਕੀਤੀ ਸੀ ਇੰਡੀਅਨ ਸਟੇਟ ਨੂੰ ਪਤਾ ਨਹੀਂ ਸੀ ਪੰਜਾਬ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਹੈ ਜੀ ਇਹ ਤਾਂ ਜਦੋਂ ਮਰਜ਼ੀ ਰੋਕਿਆ ਜਾ ਸਕਦਾ ਸੀ ਇਸ ਟੈਂਸ਼ਨ ਨੂੰ ਤਾਂ ਗੱਲ ਹੀ ਕੋਈ ਨਹੀਂ ਸੀਗੀ ਜੀ ਇਸ਼ੂ ਇਹ ਨਹੀਂ ਹੈ ਇਹ ਧੋਖਲਾ ਜਿਹੜੀ ਗੱਲ ਕੋਟ ਇਹਨਾਂ ਨੇ ਨਹੀਂ ਕੀਤੀ ਜਰਨਲ ਬਲੱਡ ਦੇ ਮੈਂ ਉਹ ਵੀ ਕਰੂੰਗਾ ਜੀ ਇਹ ਕਿਹਾ ਜਾਂਦਾ ਹੈ ਕਿ ਜਦੋਂ ਸਾ ਜਰਨੈਲ ਸਿੰਘ ਲਾਲਾ ਜਗਤ ਰਣ ਕੇਸ ਦੇ ਵਿੱਚ ਅਰੈਸਟ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਦੀ ਰਿਹਾਈ ਹੋਈ ਉਹ ਉਹਨੂੰ ਬਿਲਡ ਅਪ ਕਰਨ ਵਾਸਤੇ ਸੀ ਇਹ ਉਸ ਵੇਲੇ ਦੀ ਜਿਹੜੇ ਜਿਹੜੇ ਘਟਨਾਵਾਂ ਇਸ ਗੱਲ ਦੀ ਗਵਾਹੀ ਨਹੀਂ ਪਰਦੀਆਂ ਜੀ ਇਹ ਠੀਕ ਹੈ ਕਿ ਜਿਹੜਾ ਉਸ ਵੇਲੇ ਜਿਸ ਕੋਰਟ ਦੇ ਵਿੱਚ ਇੱਕ ਕੇਸ ਸੀ ਜਦ ਨੂੰ ਕਿਹਾ ਗਿਆ ਕਿ ਇਹਨਾਂ ਦੇ ਇਹਨਾਂ ਰਿਲੀਜ਼ ਕਰ ਦਿਓ ਪੁਲਿਸ ਨੇ ਕਿਹਾ ਵੀ ਸਾਨੂੰ ਨਹੀਂ ਚਾਹੀਦੇ ਸਾਡੇ ਕੋਲੇ ਇਹਨਾਂ ਖਿਲਾਫ ਕੋਈ ਕੇਸ ਨਹੀਂ ਆ ਉਸ ਵੇਲੇ ਅਕਾਲੀ ਦਲ ਦੇ ਡੈਲੀਗੇਸ਼ਨ ਦੀ ਬਸਨਿਕਾ ਦੀ ਰੀਟਿੰਗ ਹੋਣੀ ਸੀ ਜੀ ਤੇ ਅਕਾਲੀ ਦਲ ਨੇ 15 ਆਪਣਾ ਜਿਹੜੇ ਡਿਮਾਂਡਸ ਰੱਖਿਆ ਸੀਗੀਆਂ ਔਰ ਇੱਕ ਡਿਮਾਂਡ ਹੋਰ ਐਡ ਕਰਤੀ ਔਰ ਸਭ ਤੋਂ ਉੱਪਰ ਰੱਖੀ ਹੋ ਉਸੀ ਸ਼ਰਤ 'ਤੇ ਸੰਜ ਰੈਲਸਿੰਗ ਨੂੰ ਰਿਲੀਜ਼ ਕਰ ਦੇਗਾ ਜਦ ਤੱਕ ਸੰਜ ਰੈਲਸਿੰਗ ਰਿਲੀਜ਼ ਨਹੀਂ ਹੁੰਦੇ ਅਸੀਂ ਇਹ ਮੀਟਿੰਗ ਨਹੀਂ ਕਰਾਂਗੇ ਅਕਾਲੀ ਦਲ ਕਹਿ ਰਿਹਾ ਸੀ ਰਿਟਰਨ ਦਾ ਰਿਟਰਨ ਪਾਰਟ ਹੈ ਅਕਾਲੀ ਦਲ ਦਾ ਰਿਟਰਨ ਹੈ ਵੀ ਜਦ ਤੱਕ ਸੰਜ ਰੈਲਸਿੰਗ ਨੂੰ ਤੁਸੀਂ ਨਹੀਂ ਛੱਡਦੇ ਅਸੀਂ ਮੀਟਿੰਗ ਤੇ ਨਹੀਂ ਆਵਾਂਗੇ ਅਸੀਂ ਫਿਰ ਤੁਹਾਨੂੰ ਕੁਲ ਲੱਗਦਾ ਕਿ ਜਿਹੜਾ ਜਨਰਲ ਬਰਾੜ ਜਿਹਨੂੰ ਬੁਲਬੁਲ ਬਰਾੜ ਕਹਿੰਦੇ ਹੈਗੇ ਨੇ ਇਸ ਏਜ ਚ ਪਹੁੰਚ ਗਏ ਕਿ ਉਹਨਾਂ ਨੂੰ ਪਤਾ ਨਹੀਂ ਕਿ ਕਿ ਜਾਣਬੁੱਝ ਕੇ ਸਾਜ਼ਿਸ਼ ਕਰ ਰਹੇ ਨੇ ਜਾਂ ਝੂਠ ਬੋਲ ਰਹੇ ਨੇ ਕਿ ਸੰਤ ਜਨ ਦੇ ਸੇ ਪਿੰਡਰਾ ਵਾਲੇ ਇੰਦਰਾ ਗਾਂਧੀ ਦੀ ਪਦੈਸ਼ ਸਨ ਜਾਂ ਉਹਨਾਂ ਨੂੰ ਹੁਣ ਕੀ ਲੋੜ ਹੈ ਜੇ ਮੈਨੂੰ ਲੱਗਦਾ ਕਿ ਉਹਨਾਂ ਦੀ ਉਮਰ ਵੀ 80 ਪਲੱਸ ਤੋਂ ਜ਼ਿਆਦਾ ਹੋਗੀ ਹੋਗੀ ਐਸ ਵੇਲੇ ਲੋੜ ਕੀ ਹੈ ਝੂਠ ਬੋਲਣ ਦੀ ਜਾਂ ਸਾਜ਼ਿਸ਼ ਕਰਨ ਦੀ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਨਹੀਂ ਇਹ ਗੁੰਮਰਾਹ ਲਗਾਤਾਰ ਕੀਤਾ ਜਾ ਰਿਹਾ ਹੈ ਮੈਂ ਲੌਜੀਕਲੀ ਗੱਲ ਕੀਤੀ ਹੈ ਜੇ ਮੈਂ ਗਲਤ ਆ ਤਾਂ ਭਾਈ ਮੈਨੂੰ ਦੱਸ ਦਿਓ ਇੱਕ ਉਹਨਾਂ ਨੇ ਗੱਲ ਹੋਰ ਕੀਤੀ ਕਿ ਪੰਜਾਬ ਪੁਲਿਸ ਨਾਲ ਮਿਲੀ ਹੋਈ ਸੀ ਸੰਜਨ ਲਾਲ ਸਿੰਘ ਦੇ ਤੇ ਉਹ ਅੰਦਰ ਨਹੀਂ ਸੀ ਜਾਂਦੇ ਜਦੋਂ ਆਪਣੇ ਡੀਆਈਜੀ ਔਟਵਾਲ ਦਾ ਮਰਡਰ ਹੋਇਆ ਕਹਿੰਦਾ ਵੀ ਅੰਦਰ ਮਾਰ ਕੇ ਲਾਸ਼ ਬਾਹਰ ਛੱਡਤੀ ਅੰਦਰ ਨਹੀਂ ਸੀ ਮਾਰਿਆ ਆਪਣੇ ਬਾਹਰ ਆ ਰਹੇ ਸੀਗੇ ਪਿੱਛੋਂ ਗੋਲੀ ਮਾਰੀ ਸੀਗੀ ਤੇ ਉਹ ਪੌੜੀਆਂ ਦੇ ਡਿੱਗੇ ਸੀ ਬਾਹਰ ਦਰਦਾਬਾਰਾ ਕੋਈ ਨੇੜੇ ਨਹੀਂ ਜਾ ਰਿਹਾ ਮੈਂ ਹੁਣ 1 ਮਿੰਟ ਦੇ ਵਿੱਚ ਤੁਹਾਨੂੰ ਬਰੀਫ ਸੁਣਾ ਦਿੰਦਾ ਕਿ ਪੁਲਿਸ ਅੰਦਰ ਕਿਉਂ ਨਹੀਂ ਗਈ ਜੀ ਪੀ ਬਰਦੀ ਐਸਪੀ ਉਹ 100 ਬੰਦਾ ਆਪਣਾ ਤਿਆਰ ਕਰਕੇ ਕੋਤਵਾਲੀ ਬੈਠਾ ਵੇਟ ਕਰ ਰਿਹਾ ਸੀ ਕਿ ਬੰਨੋ ਆਰਡਰ ਆਉਂ ਅਸੀਂ ਐਂਟਰ ਕਰੀਏ ਜੀ ਮਿਸਟਰ ਦਰਬਾਰਾ ਸੇ ਇਹਨੇ ਦਿੱਲੀ ਫੋਨ ਕੀਤਾ ਕਿਉਂ ਮਸਲਾ ਬਹੁਤ ਸੈਨਸਿਟਿਵ ਸੀ ਹੈ ਦਰਬਾਰ ਸਾਹਿਬ ਦੀ ਐਂਟਰੀ ਵੀ ਸਾਨੂੰ ਦੱਸੋ ਵੀ ਅਸੀਂ ਅੰਦਰ ਐਂਟਰ ਕਰਨਾ ਹੈ ਕਿ ਨਹੀਂ ਕਰਨਾ ਇਹ ਪੁਲਿਸ ਦਾ ਫੈਸਲਾ ਨਹੀਂ ਸੀ ਵੀ ਨਹੀਂ ਜਾਣਾ ਸੀ ਜਹਾਂ ਡਰਦੇ ਸੀ ਯੰਬਲੇ ਉਸ ਨੂੰ ਉਪਰੋਂ ਆਰਡਰ ਨਹੀਂ ਆਇਆ ਅੰਦਰ ਜਾਣ ਦਾ ਔਰ ਤੀਜੀ ਗੱਲ ਸੰਦਰ ਨੈਲਸਨ ਇਸ ਕੇ ਇਸ ਵਿੱਚ ਸ਼ਾਮਲ ਨਹੀਂ ਸੀ ਅਟਵਾਲ ਨੂੰ ਮਾਰਨ ਦੇ ਵਿੱਚ ਇਹ ਮੇਜਰ ਸਿੰਘ ਨਾਗੋਕੇ ਦਾ ਆਪਣਾ ਐਕਸ਼ਨ ਸੀ ਤੇ ਜਿਹਦੇ ਵਾਸਤੇ ਹਥਿਆਰ ਉਹਨੂੰ ਆਰਾਮ ਸਿੰਘ ਤੁਲਦ ਦਾ ਉਹਨੇ ਮੁਹਈਆ ਕੀਤਾ ਸੀ ਤੇ ਆਰਾਮ ਸਿੰਘ ਹੀ ਸਾਰੇ ਹਥਿਆਰਾਂ ਦਾ ਅ ਇਨਚਾਰਜ ਸੀ ਉਸ ਵੇਲੇ ਤੇ ਪਾਇਰਨਜੀਤ ਸਿੰਘ ਆਪਣੇ ਜੇਹੇਦਾਰ ਕਾਲ ਤੱਕ ਬੜੇ ਵੱਡੇ ਵਿੱਚ ਉਹਨਾਂ ਨੂੰ ਬਹੁਤ ਡਿਟੇਲ ਪਤਾ ਹੈ ਇਸ ਕੇਸ ਦੀ ਪਰ ਤੁਸੀਂ ਕਿ ਮਹਿਸੂਸ ਕਰਦੇ ਹੋਗੇ ਜਨਰਲ ਬਰਾੜ ਬਾਰੇ ਹੈਗੇ ਕਿ ਬੰਦਾ ਮੈਮਰੀ ਉਹਦਾਂ ਦੀ ਲੂਜ਼ ਹੋ ਗਈ ਹੈ ਕਿ ਜਾਂ ਜਾਣਬੁੱਝ ਕੇ ਸਾਜ਼ਿਸ਼ ਕਰਦਾ ਹੁਣ ਇਹ ਨਾਲ ਜਵਾਬ ਦਿੰਦਾ ਹੈ ਉਹ ਸਪੋਰਟ ਕਮਾਂਡਰ ਹੈਗੇ ਉਹਨਾਂ ਨੇ ਇੱਕ ਬਿਆਨ ਦਿੱਤਾ ਇਸ ਇੰਟਰਵਿਊ 'ਚ ਕਿਹਾ ਵੀ 300 ਤੋਂ 400 ਫੌਜੀ ਬੰਦੇ ਭਰੇ ਹੂੰ ਫੌਜੀ ਕੈਜ਼ੁਐਲਟੀ 300 اور 400 وچ ਬਹੁਤ ਵੱਡਾ ਫਰਕ ਹੁੰਦਾ ਹੈ ਜੀ ਕਿ ਜਨਰਲ ਸਾਹਿਬ ਨੂੰ ਪਤਾ ਨਹੀਂ ਕਿ 300 ਤੋਂ 400 ਦਾ ਫਰਕ ਕੀ ਹੈ ਫੌਜੀ ਮਰਨ ਦਾ ਜੀ ਵਾਈਟ ਪੇਪਰ ਦੇ ਵਿੱਚ ਜਿਹੜੇ ਟੋਟਲ ਗਿਣਤੀ ਹੈ ਫੌਜੀ ਮਰਨ ਦੀ ਉਹ 92 ਹੈ ਜਿਹੜੇ ਅਫਸਰ ਵੀ ਹੈ ਜੇਸੀਓ ਵੀ ਹੈ ਅਦਰ ਰੈਕਸ ਵੀ ਹੈ ਜੀ 92 ਦਾ ਸਰਕਾਰੀ ਹੈ ਇਹ ਤਾਂ ਫਰ ਬਹੁਤ ਇੰਟਰਸਟਿੰਗ ਫਿਗਰ ਹੈ ਮੈਂ ਚਾਹ ਲੋ ਮੰਨ ਲਾਂ 300 ਵੀ ਹੋਣ ਹੁਣ 300 ਨਾਲ 400 ਜਨਰਲ ਸਾਹਿਬ ਦੱਸਣ ਬਈ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਰਿਜੈਕਟ ਫਿਗਰ ਕਿੰਨੀ ਹੈ ਜੀ ਕਿ ਜਿਹੜੀ ਵਿਵਾਰਿਕਾ ਕਮਾਂਡਰ ਤੁਹਾਡੇ ਕੋਲ ਸਾਰੀ ਡਿਟੇਲ ਹੈ ਸਰਕਾਰ 에ਅਰ ਰਿਕਾਰਡ ਵੀ ਦੱਸੇ ਅਸਲੀ ਰਿਕਾਰਡ ਤੁਹਾਡੇ ਜਿਹੜੀ ਪੈਨਸ਼ਨ ਬ੍ਰਾਂਚ ਹੈ ਉਹਦੇ ਕੋਲ ਰਿਕਾਰਡ ਸਾਰਾ ਪਿਆ ਹੋਏਗਾ ਕਿੰਨੇ ਬੰਦੇ ਭਰੇ ਹੈ ਜੀ ਇਹ ਤਾਂ ਛੁਪਾਇਆ ਹੀ ਨਹੀਂ ਜਾ ਸਕਦਾ ਸਰਕਾਰ ਦੱਸੇ ਐਗਜੈਕਟ ਕਿਉਂਕਿ ਪਹਿਲਾਂ ਵੀ ਰੌਲਾ ਪਿਆ ਹੈ ਕਿ ਫੌਜ ਦੇ ਬੰਦੇ ਜ਼ਿਆਦਾ ਮਰੇ ਐ ਹੁਣ ਜਨਰਲ ਸਾਹਿਬ ਖੁਦ ਹੀ ਕਹਿ ਰਿਹਾ ਜਿਨ੍ਹਾਂ ਨੇ ਕਮਾਂਡ ਕੀਤਾ ਹੈ ਆਪਰੇਸ਼ਨ ਬਈ 300 ਤੋਂ 400 ਮਰੇ ਐ ਸਹੀ ਦੱਸੋ ਦੂਜੀ ਗੱਲ ਇਹਨਾਂ ਨੇ ਕਿਹਾ ਬਈ 2000 ਟੈਰੇਸ ਅਦਰ ਸੀ ਜੀ 2000 ਤਾਂ ਹੈ ਹੀ ਨਹੀਂ ਸੀ ਅ ਅਲਟੀਮੇਟਲੀ ਜਿਹੜੀ ਗਿਣਤੀ ਸਾਹਮਣੇ ਆਈ ਉਹ 200 ਦੇ ਕਰੀਬ ਐ ਦਲ ਖਾਲਸਾ ਨੇ ਇਹ ਤੇ ਕੰਮ ਕੀਤਾ ਸਾਰੇ ਡਿਟੇਲ ਇਕੱਠੇ ਕੀਤੀ ਉਹਨਾਂ ਨੇ ਸ਼ਹੀਦੀ ਡਾਇਰੀ ਛਾਪੀਆਂ ਹੁਣ ਅਪਗ੍ਰੇਡ ਵੀ ਕਰਦੇ ਰਹਿੰਦੇ ਹੋ ਦੋ ਕੇ ਤਿੰਨ ਡਾਇਰੀਆਂ ਛਾਪ ਚੁੱਕੇ ਜਿਨ੍ਹਾਂ ਦੇ ਵਿੱਚ ਤੂ 300 ਨਾਂ ਆਏ ਹੈ ਜਿਨ੍ਹਾਂ ਦੇ ਵਿੱਚ ਉਹ سپورਟ ਜਿਹੜੇ سپورਟ ਕਰ ਰਹੇ ਸੀ ਬਾਕੀ ਲੋਜਿਸਟਿਕਸ ਵਹੀਆ ਕਰ ਰਹੇ ਸੀ ਗੋੜੀਆਂ ਫਰਾਉੜਨੀਆਂ ਬਾਕੀ ਸਮਾਨ ਦੇਣਾ ਉਹ ਵੀ ਸ਼ਾਮਲ ਸੀ ਸੋ ਸਾਧ ਰਾਇ ਸਿੰਘ ਨੇ ਇਹ ਅਨਾਉਂਸ ਕਰਤਾ ਸੀਗਾ 3 ਤਰੀਕ ਨੂੰ ਕਿ ਜਿਹਨੇ ਭਾਈ ਛੜ ਕੇ ਜਾਣਾ ਚਲੇ ਜਾਓ ਬਬਰ ਖਾਲਸਾ ਵਾਲੇ ਨਾਨਕ ਨਵਾਸ ਵਾਲੇ ਪਾਸੇ ਢੜਕੇ ਚਲੇ ਗਏ ਸੀ ਉਹਨਾਂ ਦੇ ਕੈਜ਼ੁਲਟੀ ਜ਼ਿਆਦਾ ਨਹੀਂ ਹੋਈਆਂ ਸੋ ਬਹੁਤ ਬੰਦੇ ਚਲੇ ਗਏ ਸੀ ਉਹ ਇਹ ਜਿਹੜਾ ਝੂਠ ਬੋਲਿਆ ਜਾ ਰਿਹਾ 300 ਤੋਂ 400 ਵਾਲਾ ਜੇ ਆਪਾਂ ਸੱਚ ਮੰਨ ਲੈਨੇ ਇਹਨਾਂ ਦੀ ਗੱਲ ਤਾਂ ਸਚਾਈ ਸਾਹਮਣੇ ਆਵੇ 2000 ਨਹੀਂ ਸੀ ਅੰਦਰ ਹਥਿਆਰਬੰਦ ਲੋਕ ਤੇ ਨਾ ਹੀ ਜਿੰਨਾ ਇਹ ਹਥਿਆਰ ਕਹਿੰਦੇ ਆ ਉਹਨਾਂ ਸੀ ਇੱਕ ਇੰਟਰਸਟਿੰਗ ਪਾਰਟ ਹੈ ਕਿ ਪੰਜਾਬ ਪੁਲਿਸ ਨੇ ਆਰਮੀ ਨੂੰ ਸਾਰੇ ਡਿਟੇਲ ਦਿੱਤੀ ਸੀਗੀ ਕਿ ਇੰਨੇ ਹਥਿਆਰ ਹੈ ਕਈ ਸਾਲਾਂ ਬਾਅਦ ਇਹ ਰਿਕਾਰਡ ਤੇ ਜਿਸ ਅਫਸਰ ਨੇ ਉਸ ਵੇਲੇ ਇਹ ਸਪਲਾਈ ਕੀਤੀ ਸੀ ਡਿਟੇਲ ਸਾਰੇ ਰਿਕਾਰਡ ਤੇ ਹੈ ਅੱਛਾ ਸਰ ਜੀ ਇਹ ਇੰਟਰਵਿਊ ਕੀਤੀ ਕਰਵਾਈ ਅੰਕੜੇ ਬੋਲੇਗੇ ਜਾਂ ਬੁਲਾਏ ਗਏ ਨੇ ਨਹੀਂ ਜਿਹੜਾ ਬੰਦਾ ਕਮਾਂਡਰ ਹੈ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਅੰਕੜੇ ਕਿਉਂ ਬੁਲਾਏ ਜਾ ਰਹੇ ਇੱਕ ਗੱਲ ਹੋਰ ਇਹਨਾਂ ਨੂੰ ਇਹ ਠੀਕ ਮੈਂ ਮੰਨ ਲੇਦਾ ਵੀ ਇਹ ਪਹਿਲੇ ਜੂਨ ਨੂੰ ਇਹਨਾਂ ਨੂੰ ਦੱਸਿਆ ਗਿਆ ਮੈਂ 26 ਮਈ ਨੂੰ ਅਮਰਸਰ ਤੋਂ ਵਾਪਸ ਆ ਰਿਹਾ ਹਾਂ ਰਸਤੇ ਦੇ ਵਿੱਚ ਮੈਨੂੰ ਕਰਵਾਏ ਬਿਲੀ ਆਰਮੀ ਦੀ ਮੈਨੂੰ ਸੀ ਪਤਾ ਉਸ ਵੇਲੇ ਵੀ ਆਰਮੀ ਐਕਸ਼ਨ ਹੋ ਰਿਹਾ ਕੁਝ ਵੀ ਹੈ ਸਾਹ ਜਰਨੈਲ ਸਿੰਘ ਤਿਆਰੀ ਕਰ ਰਹੇ ਸੀ ਉਸ ਵੇਲੇ ਕਿ ਮੈਂ ਮਿਲ ਕੇ ਆ ਸੀ 25 ਨੂੰ ਉਹਨਾਂ ਨੂੰ ਸੋ ਜਿਹੜੇ ਕਹਿੰਦੇ ਵੀ ਸੜਨ ਐਕਸ਼ਨ ਹੋ ਗਿਆ ਸੜਨ ਨਹੀਂ ਹੋਇਆ ਮੈਂ ਇਹ ਗੱਲ ਹੋਰ ਵੀ ਲੜ ਕਰੂੰਗਾ ਇਹਨਾਂ ਨੇ ਕਿਹਾ ਕਿ ਖਾਲਿਸਤਾਨ ਦੀ ਅਨਾਊਂਸਮੈਂਟ ਕਰਨੀ ਸੀ ਖਾਲਿਸਤਾਨ ਦੀ ਅਨਾਊਂਸਮੈਂਟ ਤਾਂ ਬੜੀ ਦੇਰ ਪਹਿਲਾਂ ਹੋ ਚੁੱਕੀ ਸੀ ਸਾਹ ਜਰਨੈਲ ਸਿੰਘ ਨੇ ਨਹੀਂ ਸੀ ਕਰਨੀ ਉਹਨਾਂ ਨੇ ਕਦੇ ਇਹ ਐਨਾਉਂਸਮੈਂਟ ਨਹੀਂ ਸੀ ਲਾ ਹਾਂ ਇੱਕ ਵਾਰੀ ਉਹਨਾਂ ਨੇ ਗੱਲ ਕੀਤੀ ਜੇ ਕਿ ਜਦੋਂ ਫੌਜ ਇੱਥੇ ਹਮਲਾ ਕਰੋਗੇ ਤੇ ਖਾਰਿਸਤਾਨ ਬਣੂਗਾ ਇਸ ਤੋਂ ਬਾਅਦ ਕੁਝ ਨਹੀਂ ਮੰਗ ਕਰਨੀ ਔਰ ਇਹ ਗੱਲ ਕਹਿਣ ਦੀ ਦੁਆਰ ਜਮੀਨ ਅਸਮਾਨ ਦਾ ਫਰਕ ਹੈ ਉਹਨਾਂ ਦੀ ਮੰਗ ਆਖਿਰ ਤੱਕ ਅਰੰਧਵਰ ਸਾਹਿਬ ਦਾ ਮਤਾ ਸੀ ਜਾਂ ਉਹ ਗੋਲਬੋਲ ਗੱਲ ਕਰਦੇ ਹੁੰਦੇ ਸੀ ਵੀ ਹਰ ਪੰਛੀ ਨੂੰ ਆਪਣਾ ਆ ਲੈਣਾ ਚਾਹੀਦਾ ਹੁੰਦਾ ਇਸ ਤੋਂ ਬਾਅਦ ਕਦੇ ਗੱਲ ਨਹੀਂ ਕੀਤੀ ਜੇ ਕਿ ਸਾਰਾ ਕੁਝ ਉਹਨਾਂ ਦਾ ਰਿਕਾਰਡ ਤੇ ਵੀਡੀਓਸ ਪੰਨਿਆ ਕੋਈ ਬੰਦਾ ਵੀ ਸੁਣ ਸਕਦਾ ਹੈ ਪਰ ਉਹ ਤੇ ਵੀ ਕਹਿ ਰਹੇ ਨੇ ਕਿ ਇੰਨਾ ਜ਼ਿਆਦਾ ਪ੍ਰੋ ਖਾਲਸਤਾਨ ਐਕਟਿਵਿਸਟ ਹੋ ਗਏ ਨੇ ਪੰਜਾਬ ਛੱਡੋ ਹੁੰਦੇ ਵਿਦੇਸ਼ਾਂ ਦੇ ਵਿੱਚ ਇਹ ਵੱਡੇ ਵੱਡੇ ਪੋਸਟਰ ਲੱਗ ਰਹੇ ਕਹਿੰਦੇ ਮੈਂ ਯੂਕੇ ਗਿਆ ਮੈਂ ਲੰਡਨ ਗਿਆ ਮੈਂ ਕਨੇਡਾ ਗਿਆ ਹਰ ਜਗ੍ਹਾ ਹੁਣ ਕਹਿ ਰਹੇ ਕਿ ਖਾਲਸਤਾਨ ਦੀਆਂ ਗੱਲਾਂ ਹੋ ਰਹੀਆਂ ਹੈਗੀਆਂ ਜੀ ਉਹਦੇ ਪੋਸਟਰ ਲੱਗ ਰਹੇ ਨੇ ਟੀ-ਸ਼ਰਟਾਂ ਬਣ ਰਹੀਆਂ ਨੇ ਜੀ ਉਹਨਾਂ ਨੇ ਕਹੇ ਵੀ ਸੰਜੇਰ ਸਿੰਘ ਦੇ ਪੋਸਟਰ ਸਾਰੀ ਦੁਨੀਆ ਤੇ ਲੱਗੇ ਹੋਏ ਆ ਜੀ ਕਿਉਂ ਨਾ ਲੱਗਣ ਮੈਂ ਇਹ ਗੱਲ ਪੁੱਛਣਾ ਚਾਹਾਂਗਾ ਉਸ ਇਨਸਾਨ ਦਾ ਜਿਹੜਾ ਮੈਮੋਰੀਅਲ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਹੈ ਜਿਸ ਸ਼ਹੀਦ ਦਾ ਮੈਮੋਰੀਅਲ ਦਰਬਾਰ ਸਾਹਿਬ ਦੇ ਵਿੱਚ ਹੈ ਉਹਦੇ ਫੋਟੋਆਂ ਸਿਖਾਲੇ ਕਰ ਕਿਉਂ ਨਹੀਂ ਲੱਗਣਗੀਆਂ ਬਾਬਾ ਦੇਵ ਸਿੰਘ ਬਾਬਾ ਗੁਰਬਖਸ਼ ਸਿੰਘ ਤੇ ਤੀਜਾ ਸੰਜਨਲ ਸਿੰਘ ਪਿੰਡਾਂ ਵਾਲੇ ਤਿੰਨਾਂ ਇੱਕੋ ਪਲੇਨ ਤੇ ਆ ਗਏ ਤੇ ਫਿਰ ਇਹ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਇਸ ਗੱਲ ਨੂੰ ਦੁਨੀਆ ਨੂੰ ਦੱਸਣ ਵਾਸਤੇ ਕਿ ਉਹ ਸਾਡਾ ਸ਼ਹੀਦ ਹੈ ਜਿਹੜੀ ਗੱਲ ਵਾਰ-ਵਾਰ ਉੱਠਦੀ ਹੈ ਕਿ ਪਿੰਡ ਵਾਲੇ ਜਿੱਦ ਕਿ T-shirt ਤੇ ਆਬਜੈਕਸ਼ਨ ਹੋ ਜਾਂਦਾ ਹੈ ਕੋਈ ਸੀਐਮ ਉੱਠ ਕੇ ਗੁਰਦੁਆਰੇ ਦੇ ਵਿੱਚ ਜੇ ਫੋਟੋ ਲੱਗੇ ਪਿੰਡ ਵਾਲੇ ਕਹਿੰਦਾ ਮੈਂ ਇੱਥੇ ਨਹੀਂ ਜਾਊਂਗਾ ਇਹ ਦਿੱਲੀ ਬੈਠ ਕੇ ਪ੍ਰੈਸ ਕਾਫਰਸ ਕਰਨ ਐਸਜੀਪੀਸੀ ਦਾ ਪ੍ਰਧਾਨ ਤੇ ਸ਼ਰੋਣੀ ਕਾਰੇਦਲ ਦਾ ਪ੍ਰਧਾਨ ਲੋਕਾਂ ਨੂੰ ਦੱਸਣ ਕਿ ਸੰਤ ਜਰਨੈਲ ਸਿੰਘ ਦਾ ਮੈਮੋਰੀਅਲ ਦਰਬਾਰ ਸਾਹਿਬ ਦੇ ਵਿੱਚ ਹੈ ਉਹ ਕੌਮ ਦਾ ਸ਼ਹੀਦ ਹੈ ਇਸ ਕਰਕੇ ਉਹਦੇ ਫੋਟੋਆਂ ਤੇ ਇਤਰਾਜ਼ ਨਾ ਕੀਤਾ ਜਾਵੇ ਇਹ ਬਹੁਤ ਜ਼ਰੂਰੀ ਹੈ ਇਹ ਤੁਸੀਂ ਸ਼ੁਰੂਆਤੀ ਦੌਰ ਤੇ ਇੱਕ ਗੱਲ ਕੀਤੀ ਹੈਗੀ ਕਿ ਬੀਜੇਪੀ ਨੂੰ ਹੋਰ ਕੀ ਚਾਹੀਦਾ ਹੈ ਕਿ ਇਸ ਪੂਰੇ ਮਸਲੇ ਦੀ ਪੜਤਾਲ ਕਰਨੀ ਚਾਹੀਦੀ ਹੈ ਪਰ ਬੀਜੇਪੀ ਤੇ ਆਪ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤੇ ਹੀ ਉਹਨਾਂ ਤੇ ਕਹਿੰਦੇ ਕਿ ਆਪ ਅਸੀਂ ਜੋਰ ਪਾਇਆ ਸੀ ਕਿ ਮੌਕਾ ਹੈਗਾ ਅਟੈਕ ਕਰੋ ਖਾਲੀ ਕਰਵਾਓ ਗੋਲਡਨ ਟੈਂਪਲ ਜੀ ਜਿਹੜਾ ਦੁਰਗਾ ਦਾ ਖਿਤਾਬ ਹੈ 71 ਮਾਰ ਦੇ ਵਿੱਚ ਦਿੱਤਾ ਗਿਆ ਸੀਗਾ ਜੀ ਇਹ ਕਨਫਿਊਜ਼ ਹੋ ਜਾਂਦਾ ਹੈ ਇਤੇ ਨਹੀਂ ਹਾਂ ਬਲੂਸਤਾਰ ਤੋਂ ਪਹਿਲਾਂ 25 ਆ ਜਾਂ 24 ਮਈ ਨੂੰ ਦਿੱਲੀ ਦੇ ਵਿੱਚ ਬੀਜੇਪੀ ਨੇ ਜਲੂਸ ਕੱਢਿਆ ਸੀ ਜ ਜਿਹਦੇ ਵਿੱਚ ਮੰਗ ਕੀਤੀ ਗਈ ਸੀ ਕਿ ਅਮਰਸਰ ਦੇ ਵਿੱਚ ਫੌਜ ਭੇਜੀ ਜਾਵੇ ਉਸ ਜਲੂਸ ਦੇ ਵਿੱਚ ਐਲਕੇ ਅਡਵਾਨੀ ਅਟਲ ਬਿਹਾਰੀ ਵਾਸ਼ਪਾਈ ਦੋਵੇਂ ਸੀ ਅਡਵਾਨੀ ਜੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਵੀ ਅਸੀਂ ਪ੍ਰੈਸ਼ਰ ਪਾਇਆ ਸੀ ਮਿਸਟਰੀ ਗਾਂਧੀ ਤੇ ਫੌਜ ਭੇਜਣ ਵਾਸਤੇ ਇਹਨਾਂ ਦਾ ਰੋਲ ਹੈ ਲਗਾਤਾਰ ਤੁਸੀਂ ਪੰਜਾਬ ਬੀਜੇਪੀ ਦਾ ਰੋਲ ਚੱਕ ਕੇ ਦੇਖੋ ਸਾਰਾ ਹੀ ਨੈਗੇਟਿਵ ਹੈ ਮੈਨੂੰ ਕੋਈ ਸਮਝ ਨਹੀਂ ਆਈ ਕਿ ਇਸ ਦੇ ਬਾਵਜੂਦ ਅਕਾਲੀ ਦਲ ਦੀ ਬੀਜੇਪੀ ਨਾਲ ਅਲਾਈਅੰਸ ਕਿਵੇਂ ਚੱਲੀ ਗਈ ਹੈ ਜਦੋਂ ਅਕਾਲੀ ਦਲ ਪਾਕਸੀ ਅਲਾਈਅੰਸ ਦਾ ਉਹਨਾਂ ਨੂੰ ਚਾਹੀਦਾ ਸੀ ਕਿ ਸਰਕਾਰ ਤੋਂ ਮੰਗ ਕਰਦੇ ਕਿ ਸਾਰੇ ਡਾਕੂਮੈਂਟਸ ਡੀਕਲਾਸੀਫਾਈ ਕਰਾਓ ਤੇ ਇਸ ਸਾਰੇ ਨੈਰੇਟਿਵ ਦੀ ਇਨਕੁਆਇਰੀ ਸੁਪਰੀਮ ਕੋਰਟ ਤੋਂ ਕਰਾਓ ਇਹ ਨਹੀਂ ਮੰਗ ਸਕਿਆ ਕਿਉਂਕਿ ਇਹਨਾਂ ਨੇ ਆਪ ਹੀ ਇਹ ਪਹਿਲਾਂ ਕਿਸੇ ਵळे ਪ੍ਰੋਮਿਸ ਕਰਕੇ ਲੋਕਾਂ ਤੋਂ ਉਸ ਤੋਂ ਬਾਅਦ ਭੱਜ ਗਏ ਸੀਗੇ ਸੋ ਇਹਨਾਂ ਦਾ ਤਾਂ ਮੋਰਲ ਅਥਾਰਟੀ ਹੈ ਹੀ ਕੋਈ ਨਹੀਂਗੀ ਅੱਜ ਵੀ ਮੈਂ ਚਾਹੂੰਗਾ ਕਿ ਇਹ ਮੰਕਰਨ ਦਿੱਲੀ ਜਾ ਕੇ ਕਿ ਸਾਰੇ ਇਨਕੁਆਰੀ ਕਰਾਈ ਜਾਵੇ ਤੇ ਡਾਕੂਮੈਂਟਸ ਲੇਕਰ ਸਿਵਾਇ ਕੀਤੀ ਜਾਣ ਜਿਹੜਾ ਬੰਦੇ ਸਿੰਘਾਂ ਦੀ ਗੱਲ ਕਰ ਰਹੇ ਆ ਉਹਨਾਂ ਦੇ ਰੀਜ਼ ਮੰਗ ਰਹੇ ਆ ਉਹ ਤਾਂ ਜੁੜੇ ਹੀ ਇਸ ਨੈਰੇਟਿਵ ਨਾਲ ਹੈ ਤੋ ਆਨੌਸ ਕਰੋ ਜਿਹੜੇ ਸਾਡੇ ਬੰਦੀ ਸਿੰਘ ਹੈਗੇ ਸਾਡੇ ਸਿਆਸੀ ਕੈਦੀ ਹੈ ਤੇ ਉਸ ਵੇਲੇ ਸਾਡਾ ਸਿਆਸੀ ਲੜਾਈ ਸੀ ਸੋ ਇਹ ਬਹੁਤ ਲੰਬਾ ਚੌੜਾ ਵਰਤਾਰਾ ਤਾਂ ਸਾਰਾ ਹਾਂ ਇਹ ਕੁਲਦੀਪ ਜਨਰਲ ਬਰਾੜ ਨੂੰ ਹੁਣ ਕਿਉਂ ਇੰਟਰਵਿਊ ਕੀਤਾ ਗਿਆ ਇਹ ਕੁਸਚਨ ਮਾਰਕ ਬਣਿਆ ਹੋਇਆ ਬੀਜੇਪੀ ਨੂੰ ਇਹਦਾ ਕੋਈ ਫਾਇਦਾ ਹੋਏਗਾ ਪੰਜਾਬ ਵਿੱਚ ਜਿਵੇਂ ਇਸ ਵੇਲੇ ਵਰਤਾਰਾ ਸਾਰਾ ਕਰ ਰਿਹਾ ਸਾਰੀ ਸਿਆਸਤ ਦੇਖੀ ਜਿਹੜੀ ਆਪਾਂ ਗੱਲ ਪਹਿਲਾਂ ਬੈਠੇ ਕਰ ਰਹੇ ਸੀਗੇ ਕਿ ਸਲਾਬਤਪੁਰਾ ਫੰਕਸ਼ਨ ਹੋ ਜਾਂਦਾ ਹੈ ਯਾਰ ਕਿ ਇਸ ਇਸ਼ੂ ਤੇ ਕਿਸੇ ਵੇਲੇ ਵੀ ਪੰਜਾਬ ਵਿੱਚ ਰੌਲਾ ਪੈ ਸਕਦਾ ਹੈ ਮੁੜ ਕੇ ਫਿਰ ਕਿ ਜਿਹੜੀ ਰੋਲਿੰਗ ਪਾਰਟੀ ਹੈ ਕੇਂਦਰ ਦੀ ਪੰਜਾਬ ਵਿੱਚ ਮੁੜ ਕੇ ਫਿਰ 78 ਵਾਲਾ ਦੁਖਾਤ ਦਰੋਣਾ ਚਾਹੁੰਦੀ ਹੈ ਕਿ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ ਕਿ ਇਧਰ ਕੌਮਨ ਸਾਫ ਮੋਰਚੇ ਦਾ ਧਰਨਾ ਲੱਗਿਆ ਲਗਾਤਾਰ ਹਾਂਜੀ ਉਧਰ ਇਹ ਕੁਝ ਹੋ ਰਿਹਾ ਹੈ ਇਧਰ ਜਨਰਲ ਬਰਾੜ ਦੇ ਅਚਾਨਕ ਇੰਟਰਵਿਊ ਆ ਜਾਂਦੀ ਹੈ ਇਹਨਾਂ ਮਸਲਿਆਂ ਤੇ ਹੀ ਇਹ ਹੋ ਕੀ ਰਿਹਾ ਹੈ ਇਹ ਦਿਨ ਅਜਿਹੀ ਜਿਹੜੀ ਇੰਡੀਅਨ ਸਟੈਬਲਿਸ਼ਮੈਂਟ ਹੈਗੀ ਹੈ ਉਹ ਜਨਰਲ ਬਰਾੜ ਦੇ ਜ਼ਰੀਏ ਸਿੱਖ ਕੌਮ ਦੇ ਵਿੱਚ ਸੰਤ ਜਨਰਲ ਸਿੰਘ ਭਿੰਡਰਾਲਾ ਵਾਲੇ ਦਾ ਜਿਹੜਾ ਰੁਤਬਾਗਾ ਨੂੰ ਰੁਤਬਾ ਕਢਾਉਣ ਦੇ ਯਤਨ ਕਰ ਰਿਹਾਗੇ ਨੇ ਕੀ ਇਹਦੇ ਕਾਂਗਰਸ ਦਾ ਏਜੰਟ ਹੈਗਾ ਸੀ ਜੀ ਤੁਸੀਂ ਇਹਦੇ ਪਿੱਛੇ ਇਹਨੂੰ ਸ਼ਹੀਦ ਮੰਨ ਕੇ ਬੈਠੇ ਹੋ ਨਹੀਂ ਇਹਦੇ ਨਾਲ ਰੁਤਬਾ ਘਟਦਾ ਨਹੀਂ ਨਾ ਜਾਂ ਤਾਂ ਦਰਬਾਰ ਸਾਹਿਬ ਜਿਹੜਾ ਮੈਮੋਰੀਅਲ ਬਣਿਆ ਕਿਵੇਂ ਡਾਏਗਾ ਉੱਥੇ ਤਾਂ ਮੈਮੋਰੀਅਲ ਬਣ ਨਹੀਂ ਸਕਦਾ ਜਿਨ੍ਹਾਂ ਨੇ ਲੜਾਈ ਲੜੀ ਹੈ ਉੱਥੇ ਮੈਮੋਰੀਅਲ ਤਾਂ ਉਹਨਾਂ ਦਾ ਹੁੰਦਾ ਹੈ। ਸੋ ਉਹ ਰੁਸਵਾ ਤਾਂ ਘੱਟ ਨਹੀਂ ਸਕਦਾ। ਇਹ ਜਨਰਲ ਬਰਾੜ ਤਾਂ ਕੋਈ ਨਵੀਂ ਗੱਲ ਨਹੀਂ ਕਰ ਰਿਹਾ ਵੀ ਉਹ ਕਾਂਗਰਸ ਦਾ ਏਜੰਟ ਸੀਗਾ। ਹਾਂ ਟਾਈਮਿੰਗ ਦੀ ਗੱਲ ਹੈ। ਇਹ ਜੇ 83 ਦਾ ਰਿਕਾਰਡ ਦੇਖੋ ਸਤੰਬਰ ਦਾ ਉਸ ਵੇਲੇ ਕਾਂਗਰਸ ਦੇ ਇੱਕ ਸੈਕਸ਼ਨ ਨੇ ਜਿਹੜਾ ਸੁਚਾ ਸਿੰਘ ਛੋਟੇਪੁਰ ਤਾਲਬ ਸਿੰਘ ਸੰਧੂ ਤੇ ਇੱਕ ਹਾਂ ਸ਼ਾਇਦ ਹਰੀ ਸਿੰਘ ਜੀਰਾ ਸੀ ਸ਼ਾਇਦ ਇਹਨਾਂ ਨੇ ਇੱਕ ਵਿਆਹ ਰਿਸ਼ੂ ਕੀਤਾ ਸੀ ਸੰਜ ਰੈਲ ਤੋਂ ਕਾਂਗਰਸ ਦੇ ਪਧਾਇ। ਇਹ ਕੋ ਨਵੀਂ ਗੱਲ ਨਹੀਂ ਹੈ ਜੇ ਅਕਾਲੇ ਵੀ ਕਹਿੰਦੇ ਆ ਰਹੇ ਆ ਤੇ ਸੰਜ ਰੈਲਸ ਦੀਆਂ ਤਿੰਨ ਚਾਰ ਸਪੀਚਾਂ ਜੀ ਦੇ ਵਿੱਚ ਉਹਨਾਂ ਨੇ ਬਹੁਤ ਗੁੱਸੇ ਦੇ ਵਿੱਚ ਇਹਦਾ ਜਵਾਬ ਦਿੱਤਾ ਸੀਗਾ ਤੇ ਨਾਲ ਕਿਹਾ ਸੀ ਕਿ ਜੇ ਮੈਂ ਏਜੰਟ ਹੈ ਤੇ ਮੇਰੇ ਇਨਕੁਆਰੀ ਕਰਾਓ ਅਕਾਲ ਤਖਤ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਹਜ਼ਾਰਾਂ ਨੂੰ ਕਿ ਤੁਸੀਂ ਫੈਸਲਾ ਕਰੋ ਜੇ ਮੈਂ ਏਜੰਟਾਂ ਮੈਂ ਛੱਡ ਕੇ ਸਾਰਾ ਬਾਹਰ ਚਲਾ ਜਾਣਾ ਸੋ ਇਹ ਗੱਲਾਂ ਉਦੋਂ ਵੀ ਹੋਈਆਂ ਸੀਗੀਆਂ ਹੁਣ ਫਿਰ ਉਹੀ ਹੋ ਰਿਹਾ ਤਾਂ ਮੈਂ ਕਿਹਾ ਕਿ ਇਸ ਸਾਰੇ ਜਿਹੜਾ ਇਹ ਵਰਤਾਰਾ ਚੱਲ ਰਿਹਾ ਇਹਨੂੰ ਖਤਮ ਕਰਨ ਵਾਸਤੇ ਕਿਉਂਕਿ ਦਰਬਾਰ ਸਾਹਿਬ 'ਚ ਸਾਹ ਜਰਨੈਲ ਸਿੰਘ ਦਾ ਮੈਮੋਰੀਅਲ ਹੈ ਅਕਾਰੀ ਰਲ ਦਾ ਪ੍ਰਧਾਨ ਤੇ ਐਸਪੀਸੀ ਦਾ ਪ੍ਰਧਾਨ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਨ ਕਿ ਇਹ ਸਾਡਾ ਸ਼ਹੀਦ ਹੈ ਬਾਬਾ ਮਿਹਰਬਾਨੀ ਮਿਹਰਬਾਨੀ ਉਹ ਜਿੱਥੇ ਤੱਕ ਜਨਰਲ ਬਰਾਡ ਦਾ ਸਟੇਟਮੈਂਟ ਇੰਟਰਵਿਊ ਆ ਉਹਨੇ ਬੜਾ ਕੁਝ ਕੀਤਾ ਕਲੀਅਰ ਬਟ ਸਵਾਲ ਇਹ ਹੈ ਕਿ ਜਿਸ ਸੰਤ ਦੀ ਦਰਬਾਰ ਸਾਹਿਬ ਦੇ ਵਿੱਚ ਤਸਵੀਰ ਲੱਗੀ ਔਰ ਕੌਮ ਦੇ ਸ਼ਹੀਦ ਨੇ ਤੇ ਫਿਰ ਉੱਥੇ ਜਨਰਲ ਬਰਾਡ ਦੀ ਇੰਟਰਵਿਊ ਦੇ ਕੀ ਮਾਇਨੇ ਰਹਿ ਜਾਂਦੇ ਹੈਗੇ ਨੇ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ